ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਆਪਣੀ ਇਸ ਵੀਡੀਓ ਦਾ ਵਿਸ਼ਾ ਹੋਵੇਗਾ ਪ੍ਰੇਮ ਪ੍ਰਕਾਸ਼ ਦੀ ਲਿਖੀ ਹੋਈ ਕਹਾਣੀ ਮਾੜਾ ਬੰਦਾ ਤੇ ਚਲੋ ਸ਼ੁਰੂ ਕਰਦੇ ਹਾਂ ਕਥਾਵਾਚਕ ਦੀ ਪਤਨੀ ਸਬਜੀ ਮੰਡੀ ਤੋਂ ਰਿਕਸ਼ੇ ਵਿੱਚ ਬੈਠ ਕੇ ਘਰ ਆਈ ਸੀ ਰਿਕਸ਼ੇ ਵਾਲੇ ਨੂੰ ਉਸਨੇ 2 ਰੁਪਏ ਦੇਣੇ ਤੈਅ ਕੀਤੇ ਸਨ ਪਰ ਰਿਕਸ਼ੇ ਵਾਲੇ ਨੇ ਰਿਕਸ਼ਾ ਰੋਕ ਕੇ ਕਿਹਾ ਕਿ ਇਹ ਤਾਂ ਬੀਬੀ ਜੀ ਸ਼ਕਤੀ ਨਗਰ ਹੀ ਆ ਗਿਆ ਸੜਕ ਟੁੱਟੀ ਹੋਈ ਹੈ 3 ਰੁਪਏ ਦਿਓ ਕਥਾਵਾਚਕ ਦੀ ਪਤਨੀ ਨੇ ਉਸ ਨੂੰ 2 ਰੁਪਏ ਫੜਾਈ ਤੇ 2 ਰੁਪਏ ਉਸਨੇ ਵਗਾ ਕੇ ਸੁੱਟ ਦਿੱਤੇ ਆਵਾਜ਼ ਸੁਣ ਕੇ ਕਹਾਣੀਕਾਰ ਬਾਹਰ ਆਇਆ ਤੇ ਉਹ ਰਿਕਸ਼ਾ ਵਾਲੇ ਨੂੰ ਮਾਰਨ ਲੱਗਾ ਪਰ ਰਿਕਸ਼ਾ ਵਾਲਾ ਗਰੀਬ ਤੇ ਮਾੜੇ ਬੰਦੇ ਨਾਲ ਵਧੇਕੀ ਆਖਦਾ ਹੋਇਆ ਭੈੜੀਆਂ ਨਜ਼ਰਾਂ ਨਾਲ ਵੇਖਦਾ ਤੁਰ ਪਿਆ ਕਥਾਵਾਚਕ ਸਮਝੰਦਾ ਸੀ ਕਿ ਉਹ 1 ਰੁਪਿਆ ਵੱਧ ਮੰਗ ਕੇ ਅਸਲ ਵਿੱਚ 50 ਪੈਸੇ ਹੋਰ ਲੈਣੇ ਚਾਹੁੰਦਾ ਸੀ ਪਰ ਉਸ ਨੂੰ ਉਸ ਦਾ ਤਰੀਕਾ ਪਸੰਦ ਨਹੀਂ ਸੀ ਉਸ ਨੂੰ ਚਾਹੀਦਾ ਸੀ ਕਿ ਉਹ ਨਿਮਰਤਾ ਨਾਲ ਕਹਿੰਦਾ ਕਿ ਉਸ ਨੇ ਉਹਨਾਂ ਦੀ ਕੋਠੀ ਨੂੰ ਨੇੜੇ ਸਮਝਿਆ ਸੀ ਪਰ ਉਹ ਦੂਰ ਨਿਕਲੀ ਹੈ ਉਸ ਨੂੰ 50 ਪੈਸੇ ਹੋਰ ਦੇ ਦਿਓ ਤੇ ਉਹ ਉਸ ਨੂੰ ਉਸ ਦੀ ਪਤਨੀ ਤੋਂ ਮਿਲ ਵੀ ਜਾਂਦੀ ਤੇ ਜੋ ਤੁਰੇ ਜਾਂਦੇ ਗਰੀਬ ਗੁਰਬੇ ਨੂੰ ਚਾਹ ਤੇ ਰੋਟੀ ਦਿੰਦੀ ਹੈ ਉਹ ਉਹਨੂੰ 50 ਪੈਸੇ ਵੀ ਜਾਨੀ ਦੇ ਦਿੰਦੀ ਹੋਰ ਪਰ ਪੁਆੜਾ ਇਸ ਕਰਕੇ ਪਿਆ ਸੀ ਕਿਉਂਕਿ ਉਸ ਨੇ ਰੁਪਏ ਸੁੱਟ ਦਿੱਤੇ ਸਨ ਤੇ ਕਥਾਵਾਚਕ ਉਸ ਨਾਲ ਗਰਮ ਹੋ ਪਿਆ ਸੀ ਇਸ ਪਿੱਛੋਂ ਕਹਾਣੀਕਾਰ ਦੀ ਪਤਨੀ ਨੇ ਉਸ ਤੋਂ ਚੋਰੀ-ਚੋਰੀ ਰਸੋਈ ਵਿੱਚੋਂ ਬਾਹਰ ਨਿਕਲ ਕੇ ਦੇਖਿਆ ਕਿ ਰਿਕਸ਼ੇ ਵਾਲਾ ਕੋਠੀ ਦੇ ਬਾਹਰ ਹੀ ਖੜ੍ਹਾ ਸੀ। ਪਤਨੀ ਰਸੋਈ ਵਿੱਚ ਚਾਹ ਬਣਾਉਣ ਲੱਗੀ ਤੇ ਕਥਾਵਾਚਕ ਆਪਣੇ ਭੂਆ ਦੇ ਪੁੱਤਰ ਜੋ ਕਿ ਜੰਗਲਾਤ ਅਫਸਰ ਸੀ ਉਸ ਨੂੰ ਫਰਨੀਚਰ ਬਣਾਵਾ ਕੇ ਭੇਜਣ ਲਈ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ ਜੋ ਕਿ ਕਈ ਦਿਨਾਂ ਤੋਂ ਅਧੂਰੀ ਪਈ ਸੀ। ਚਿੱਠੀ ਜਣੀ ਉਹਦੀ ਪੂਰੀ ਨਹੀਂ ਸੀ ਹੋ ਰਹੀ। ਦੀਖਾਉਂਦੂ ਰਿਪਈ ਸਿਕਈ ਦਿਨਾਂ ਤੋਂ ਉਹ ਸਾਈਜ਼ ਤੇ ਡਿਜ਼ਾਈਨ ਸੰਬੰਧੀ ਉਲਝੀ ਗੱਲ ਬਾਰੇ ਸੋਚ ਰਿਹਾ ਸੀ ਕਿ ਉਸ ਦੀ ਬੇਚੈਨ ਹੋਈ ਪਤਨੀ ਨੇ ਦੱਸਿਆ ਕਿ ਰਿਕਸ਼ੇ ਵਾਲਾ ਕੋਠੀ ਦੇ ਬਾਹਰ ਹੀ ਖੜਾ ਹੈ ਕਥਾਵਾਚਕ ਚਾਹੁੰਦਾ ਸੀ ਕਿ ਉਸ ਦੀ ਪਤਨੀ ਉਸ ਦਾ ਧਿਆਨ ਹੀ ਨਾ ਕਰੇ ਪਰ ਚਿੱਠੀ ਉਸ ਤੋਂ ਵੀ ਨਹੀਂ ਸੀ ਲਿਖੀ ਜਾ ਰਹੀ ਉਹ ਆਪ ਕਈ ਵਾਰੀ ਬਾਰੀ ਵਿੱਚੋਂ ਦੇਖ ਚੁੱਕਾ ਸੀ ਰਿਕਸ਼ੇ ਵਾਲਾ ਆਪਣੇ ਰਿਕਸ਼ੇ ਦਾ ਰੁੱਖ پارک ਵੱਲ ਕਰਕੇ ਉੱਥੇ ਹੀ ਖੜਾ ਸੀ ਉਸਨੇ ਇੱਕ ਵਾਰੀ ਵੀ ਉਹਨਾਂ ਵੱਲ ਨਹੀਂ ਸੀ ਦੇਖਿਆ ਜਦੋਂ ਉਸਨੇ ਆਨੇ ਕੱਢ ਕੇ ਕਥਾਵਾਚਕ ਵੱਲ ਦੇਖਿਆ ਸੀ ਤੇ ਉਸਦੀ ਪਤਨੀ ਦੇ ਦਿੱਤੇ ਰੁਪਏ ਵਗਾ ਕੇ ਮਾਰੇ ਸਨ ਤਾਂ ਕਥਾਵਾਚਕ ਦਾ ਦਿਲ ਕਰਦਾ ਸੀ ਕਿ ਉਸਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲਵੇ ਤੇ ਉਸ ਦੀਆਂ ਸੁੱਕੀਆਂ ਬਾਹਾਂ ਨੂੰ ਮਰੋੜ ਸੁੱਟੇ ਪਰ ਉਸਦੀ ਪਤਨੀ ਨੇ ਉਸਨੂੰ ਰੋਕ ਦਿੱਤਾ ਸੀ ਤੇ ਨਾਲ ਹੀ ਕਥਾਵਾਚਕ ਇਹ ਸੋਚ ਕੇ ਚੁੱਪ ਕਰ ਗਿਆ ਸੀ ਕਿ ਇਸ ਕਮੀਨੇ ਨੂੰ ਹੱਥ ਲਾਉਣ ਨਾਲ ਤੇ ਅੱਗੋਂ ਉਸਦੇ ਗਾਲੀ ਗਲੋਚ ਕਰਨ ਨਾਲ ਉਸਦੀ ਇੱਜ਼ਤ ਖਰਾਬ ਹੋ ਸਕਦੀ ਹੈ। ਉਂਝ ਕਥਾਵਾਚਕ ਬੇਇਨਸਾਫੀ ਵੀ ਨਹੀਂ ਸੀ ਸਹਿ ਸਕਦਾ ਜਿਹੜੀ ਕਿ ਰਿਕਸ਼ੇ ਵਾਲੇ ਪੈਸੇ ਲੈਣ ਸਮੇ ਆਮ ਹੀ ਕਰਦੇ ਹਨ। ਕਥਾਵਾਚਕ ਦੀ ਪਤਨੀ ਚਾਹ ਦਾ ਕੱਪ ਲੈ ਕੇ ਉਸ ਕੋਲ ਆਈ ਤੇ ਬਹਾਨੇ ਨਾਲ ਫਿਰ ਉਸ ਨੂੰ ਦੇਖਾਈ। ਇਹਨੂੰ ਦੇਖਾਈ ਰਿਕਸ਼ਾ ਵਾਲੇ ਨੂੰ ਦੇਖਾਈ ਤੇ ਉਸ ਦੇ ਕੋਲ ਆਈ ਤੇ ਆਪਦੇ ਪਤੀ ਦੇ ਕੋਲ ਆਈ ਸੀ ਚਾਹ ਲੈ ਕੇ ਤੇ ਉਸ ਨੇ ਕਥਾਵਾਚਕ ਨੂੰ ਕਿਹਾ ਕਿ ਉਹਨਾਂ ਨੂੰ ਸਾਰੀ ਗੱਲ ਛੱਡ ਕੇ 3 ਰੁਪਏ ਦੇ ਹੀ ਦੇਣੇ ਚਾਹੀਦੇ ਆ ਪਰ ਕਥਾਵਾਚਕ ਇਸ ਗੱਲ ਨਾਲ ਸਹਿਮਤ ਨਾ ਹੋਇਆ ਤੇ ਉਸ ਦੀ ਪਤਨੀ ਕਹਿ ਰਹੀ ਸੀ ਕਿ ਉਹ ਗਰੀਬ ਹੈ ਸਾਡੇ ਕੋਲ ਪੈਸੇ ਕਿਤੇ ਡਿੱਗ ਵੀ ਪੈਂਦੇ ਹਨ ਬੱਚੇ ਵੀ 1-2 ਰੁਪਏ ਖਰਚ ਦਿੰਦੇ ਆ ਉਹ ਜੋ ਉਸ ਦੀ ਗੱਲ ਜਿਹੜੀ ਉਹ ਕਥਾਵਾਚਕ ਨੂੰ ਠੀਕ ਵੀ ਲੱਗਦੀ ਸੀ ਜਿਹੜਾ ਕਿ ਹਰ ਰੋਜ਼ 2.5 ਤੇ 3 ਰੁਪਏ ਦੀਆਂ ਸਿਗਰਟਾਂ ਫੂਕ ਛੱਡਦਾ ਸੀ ਤੇ ਮਹੀਨੇ ਵਿੱਚ 2-3 ਵਾਰੀ ਸਿਨੇਮਾ ਦੇਖਣ ਜਾਂਦਾ ਸੀ। ਫਿਰ ਕਥਾਵਾਚਕ ਦੇ ਪੁੱਤਰ ਨੇ ਦੱਸਿਆ ਕਿ ਰਿਕਸ਼ੇ ਵਾਲਾ ਉੱਥੇ ਹੀ ਖੜ੍ਹਾ ਹੈ ਤੇ ਉਹ ਇੱਕ ਬੰਦੇ ਦੇ ਪੁੱਛਣ ਤੇ ਵੀ ਉਸਨੂੰ ਕੰਪਨੀ ਬਾਗ ਲੈ ਕੇ ਨਹੀਂ ਗਿਆ। ਇਹ ਸੁਣ ਕੇ ਕਥਾਵਾਚਕ ਨੂੰ ਰਿਕਸ਼ੇ ਵਾਲੇ ਦੇ ਰਵੱਈਏ ਉੱਤੇ ਗੁੱਸਾ ਆਇਆ ਜਿਹੜਾ 1 ਰੁਪਿਆ ਪਿੱਛੇ ਆਪਣਾ ਸਮਾਂ ਤੇ ਕਮਾਈ ਬਰਬਾਦ ਕਰ ਰਿਹਾ ਸੀ। ਇਹ ਗੱਲਾਂ ਸੋਚਦਿਆਂ ਉਸ ਦੀ ਚਿੱਠੀ ਅਧੂਰੀ ਹੀ ਪਈ ਸੀ। ਉਸ ਨੂੰ ਰਿਕਸ਼ੇ ਵਾਲੇ ਦੇ ਖੜਾ ਰਹਿਣ ਦੀ ਚਿੰਤਾ ਹੋ ਰਹੀ ਸੀ ਪਰ ਉਹ ਆਪਣੀ ਪਤਨੀ ਨੂੰ ਕਹਿ ਰਿਹਾ ਸੀ ਕਿ ਉਹ ਆਪੇ ਥੱਕ ਹਾਰ ਕੇ ਚਲਾ ਜਾਵੇਗਾ ਪਤਨੀ ਦੇ ਕੱਪ ਚੁੱਕ ਕੇ ਰਸੋਈ ਵਿੱਚ ਜਾਣ ਮਗਰੋਂ ਕਥਾਵਾਚਕ ਨੇ ਬਾਹਰੀ ਵਿੱਚੋਂ ਦੇਖਿਆ ਕਿ ਕੋਈ ਹੋਰ ਰਿਕਸ਼ੇ ਵਾਲਾ ਉਸ ਕੋਲ ਖੜਾ ਸੀ ਤੇ ਉਸ ਨਾਲ ਗੱਲ ਕਰਕੇ ਕਾਲੀ ਵਿੱਚ ਉਹ ਅੱਡੇ ਵੱਲ ਚਲਾ ਗਿਆ ਸੀ ਕਥਾਵਾਚਕ ਇਹ ਸੁਣ ਕੇ ਡਰ ਰਿਹਾ ਸੀ ਕਿ ਕਿਤੇ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਨਾ ਗਿਆ ਹੋਵੇ ਪਰ ਬਾਹਰੋਂ ਇਹ ਜ਼ਾਹਰ ਕਰ ਰਿਹਾ ਸੀ ਜਿਵੇਂ ਉਸ ਨੂੰ ਉਸ ਦੀ ਕੋਈ ਪਰਵਾਹ ਨਾ ਹੋਵੇ ਪਤਨੀ ਫੇਰ ਆਈ ਤੇ ਕਹਿਣ ਲੱਗੀ ਕਿ ਚੰਗਾ ਹੁੰਦਾ ਜੇ ਉਹ ਰਿਕਸ਼ੇ ਵਾਲੇ ਨੂੰ ਚਾਹ ਦਾ ਕੱਪ ਪਿਲਾ ਦਿੰਦੀ ਹੁਣ ਡੋਲਣੀ ਪਈ ਹੈ ਉਹ ਸਮਝਾਉ ਤੇਰਾ ਕੋਈ ਰਾਹ ਲੱਭ ਰਹੀ ਸੀ ਉਹ ਪਤੀ ਨੂੰ ਕਹਿ ਰਹੀ ਸੀ ਕਿ ਜੇਕਰ ਰਾਤ ਹੋਵੇ ਤੇ ਮੀਂਹ ਪੈਂਦਾ ਹੋਵੇ ਤਾਂ ਉਹ ਰਿਕਸ਼ੇ ਵਾਲੇ ਨੂੰ 3 ਰੁਪਏ ਹੀ ਦਿੰਦੇ ਹਨ ਪਰ ਕਥਾਵਾਚਕ ਨੇ ਸਖਤੀ ਨਾਲ ਉਸ ਦੀ ਗੱਲ ਨੂੰ ਕੱਟਦਿਆਂ ਕਿਹਾ ਕਿ ਹੁਣ ਕੋਈ ਮੀਂਹ ਨਹੀਂ ਪੈ ਰਿਹਾ ਇਹ ਗੱਲ ਕਰਦਿਆਂ ਉਸਨੇ 2 3 17 ਲਿਖ ਕੇ ਚਿੱਠੀ ਅਧੂਰੀ ਹੀ ਪੂਰੀ ਕਰ ਦਿੱਤੀ ਯਾਨੀ ਆਪਦੀ ਚਿੱਠੀ ਪੂਰੀ ਕਰਤੀ ਬਸ ਥੋੜਾ ਲਿਖਿਆ ਉਹਦੇ ਵਿੱਚ ਉਸ ਨੂੰ ਆਪਣੀ ਪਤਨੀ ਦੀ ਇਸ ਆਦਤ ਤੇ ਖਿਜ ਆ ਰਹੀ ਸੀ ਕਿ ਜਦੋਂ ਵੀ ਕੋਈ ਮਜ਼ਦੂਰ ਝਗੜਾ ਪਾ ਬੈਠੇ ਤਾਂ ਵੱਧ ਪੈਸੇ ਦੇ ਕੇ ਖਲਾਸੀ ਪਾ ਲਈ ਜਾਵੇ ਵੀ ਇਹ ਚੰਗੀ ਗੱਲ ਹੈ ਵੀ ਪੈਸੇ ਉਹਨੂੰ ਵੱਧ ਦੇ ਦਿਓ ਤੇ ਬਸ ਖਤਮ ਕਰੋ ਕੰਮ ਅੱਡੇ ਉੱਤੇ ਬੈਠੇ ਮੰਗਤੇ ਰਹੀ ਇਹ ਗੱਲ ਮੰਨ ਲਓ ਕਿ 25 ਪੈਸੇ ਦਾ ਪਾਣ ਖਾ ਕੇ ਵੀ ਤੁਸੀਂ ਥੁੱਕ ਹੀ ਦਿੰਦੇ ਹੋ ਇਸ ਗਰੀਬ ਦੀ ਤਲੀ ਤੇ ਵੀ ਥੁੱਕ ਦਿਓ ਕਥਾਵਾਚਕ ਗੁੱਸੇ ਨਾਲ ਉੱਠਿਆ ਤੇ ਰਿਕਸ਼ੇ ਵਾਲੇ ਨੂੰ ਪੁੱਛਣਾ ਚਾਹੁੰਦਾ ਸੀ ਕਿ ਉਸਨੇ ਜਾਣਾ ਹੈ ਜਾਂ ਨਹੀਂ ਕਿ ਪੁਲਿਸ ਕੋਲ ਉਸਦੇ ਵਿਰੁੱਧ ਸ਼ਿਕਾਇਤ ਕਰੇ ਪਰ ਜਦੋਂ ਭਾਂਡੇ ਵਿੱਚ ਆ ਕੇ ਉਸਨੇ ਦੇਖਿਆ ਕਿ ਰਿਕਸ਼ੇ ਵਾਲਾ ਜਾ ਚੁੱਕਾ ਸੀ ਤੇ ਉਸਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ ਤਾਂ ਉਹ ਧਰਮ ਪੁਥੀ ਪਾੜ ਰਹੀ ਸੀ ਰਿਕਸ਼ੇ ਵਾਲੇ ਦੇ ਜਾਣ ਬਾਰੇ ਸੁਣ ਕੇ ਉਸਨੇ ਧਰਮ ਪੁਥੀ ਭਾਂਡੇ ਦੀ ਬੰਨੀ ਉੱਤੇ ਰੱਖ ਦਿੱਤੀ ਤੇ ਹੁਣ ਉਹ ਦੋਵੇਂ ਲਾਨ ਵਿੱਚ ਨਿਸ਼ਚਿੰਤ ਹੋ ਕੇ ਬੈਠ ਗਏ ਕਥਾਵਾਚਕ ਨੇ ਰਾਤ ਨੂੰ ਫਿਲਮ ਵੇਖਣ ਦੀ ਤਜਵੀਜ਼ ਰੱਖੀ ਪਤਨੀ ਨੇ ਕਿਹਾ ਉਹ ਹੁਣ ਉਹ 3 ਰੁਪਏ ਜਿਹੜੇ ਰਿਕਸ਼ਾ ਵਾਲੇ ਨੂੰ ਦੇਣੇ ਸਨ ਪਿੰਗਲਵਾੜੇ ਨੂੰ ਦੇ ਦੇਣਗੇ ਤੇ ਜਿਹੜੇ 50 ਪੈਸੇ ਉਸ ਨੂੰ ਵਾਧ ਦੇਣ ਦੀ ਗੱਲ ਕਹੀ ਸੀ ਉਹ 50 ਪੈਸੇ ਅੱਡੇ ਵਾਲੇ ਮੰਗਤੇ ਨੂੰ ਦੇ ਦੇਣਗੇ ਕਥਾਵਾਚਕ ਨੇ ਉਸ ਨਾਲ ਸਹਿਮਤੀ ਪ੍ਰਗਟ ਕੀਤੀ ਤੇ ਦੋਵੇਂ ਮੁਸਕਰਾਪੇ ਇਸ ਪ੍ਰਕਾਰ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਸਾਡੇ ਸਮਾਜ ਦੇ ਪਾਤਰਾਂ ਦੇ ਮਾੜੇ ਕਿਰਦਾਰ ਦੀ ਝਲਕ ਪੇਸ਼ ਕੀਤੀ ਹੈ ਜਿਸ ਵਿੱਚੋਂ ਮੱਧ ਸ਼੍ਰੇਣੀ ਦੇ ਪਾਤਰ ਉਸ ਦੇ ਵਿਅੰਗ ਦਾ ਨਿਸ਼ਾਨਾ ਬਣੇ ਹਨ ਇਸ ਪ੍ਰਕਾਰ ਕਹਾਣੀ ਦਾ ਵਿਸ਼ਾ ਯਥਾਰਤਕ ਮਨੋਵਿਗਿਆਨਿਕ ਤੇ ਵਿਅੰਗਾਤਮਕ ਹੈ ਤੇ ਜੇ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਵ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ